ਹਾਂਜੀ ਦੋਸਤੋ, ਮੈਂ ਜੱਸਾ ਮੜੀ ਵਾਲਾ ਆਪ ਸਭ ਦਾ ਸਵਾਗਤ ਕਰਦਾ ਆਪਦੇ ਆਪਣੇ ਚੈਨਲ ਕਬੱਡੀ 105 ਉੱਤੇ। ਜੇਕਰ ਤੁਸੀਂ ਆਪਣੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲੇ ਬਟਨ ਨੂੰ ਜ਼ਰੂਰ ਦੱਬ ਕੇ ਰੱਖਣਾ ਅਤੇ ਤੁਸੀਂ ਕਬੱਡੀ 105 ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ। ਦੋਸਤੋ ਕਰੋ ਨੋਟ, ਅੱਜ ਹੋਣ ਵਾਲੇ ਕਬੱਡੀ ਦੇ ਮੈਚ ਅੱਜ 27 ਮਾਰਚ 2024 ਦਿਨ ਬੁੱਧਵਾਰ ਨੂੰ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣਗੇ ਤਾਂ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ। ਅੱਜ 10 ਜਗ੍ਹਾ ਬਾਰੇ ਦੱਸਾਂਗੇ ਜਿੱਥੇ ਅੱਜ ਕਬੱਡੀ ਦੇ ਮੈਚ ਹੋ ਰਹੇ ਆ। ਤਾਂ ਦੋਸਤੋ ਅੱਜ ਕਬੱਡੀ ਦੇ ਮੈਚ ਹੋਣਗੇ, ਪਿੰਡ ਹੋਵੇਗਾ ਗਾਦਰੀ ਵਾਲਾ, ਤਹਿਸੀਲ ਹੋਵੇਗੀ ਜੀਰਾ, ਅਤੇ ਇੱਥੇ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ। ਇਹਦਾ ਲਾਈਵ ਤੁਸੀਂ ਦੇਖ ਸਕਦੇ ਹੋ punjablive1.com ਦੇ ਜ਼ਰੀਏ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਹੋਣਗੇ ਭੁੱਚੋ ਕਲਾਂ ਜ਼ਿਲ੍ਹਾ ਬਠਿੰਡਾ ਦੇ ਵਿੱਚ। ਇੱਥੇ ਅੱਜ ਵਜਨੀ ਕਬੱਡੀ ਦੇ ਮੈਚ ਆ, ਕਬੱਡੀ 58 ਕਿਲੋ ਦੇ 1 ਖਿਡਾਰੀ ਬਾਹਰੋਂ ਅਤੇ ਕਬੱਡੀ 65 ਕਿਲੋ 2 ਖਿਡਾਰੀ ਬਾਹਰੋਂ ਦੇ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਕਰਵਾਏ ਜਾਣਗੇ, ਕਰਿਆਲਾ ਜ਼ਿਲ੍ਹਾ ਹੋਵੇਗਾ ਤਰਨ ਤਾਰਨ ਸਾਹਿਬ। ਇੱਥੇ ਵੀ ਦੋਸਤੋ ਅੱਜ ਕਬੱਡੀ ਦੇ ਮੈਚ ਹੋਣਗੇ ਮਾਝੇ ਦੀ ਧਰਤੀ ਦੇ ਵਿੱਚ, ਅਤੇ ਲਾਈਵ ਚੱਲੇਗਾ ਮਾਝਾ ਕਬੱਡੀ ਟੀ ਵੀ ਦੇ ਜ਼ਰੀਏ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਕਰਵਾਏ ਜਾਣਗੇ ਪਿੰਡ ਸਹਾਰੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ। ਇੱਥੇ ਅੱਜ ਕਬੱਡੀ ਓਪਨ ਦੀਆਂ ਸੱਦੀਆਂ ਹੋਈਆਂ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ। ਪਹਿਲਾ ਇਨਾਮ ਹੋਵੇਗਾ 71,000, ਦੂਜਾ ਇਨਾਮ ਹੋਵੇਗਾ 51,000, ਅਤੇ ਬੈਸਟਾਂ ਨੂੰ 25,000 ਰੁਪਏ ਹੋਣਗੇ। ਹਾਂਜੀ ਦੋਸਤੋ, ਇੱਥੇ ਅੱਜ ਕਬੱਡੀ ਆਲ ਓਪਨ ਦੀਆਂ 8 ਸੱਦੀਆਂ ਹੋਈਆਂ ਟੀਮਾਂ ਦੇ ਮੈਚ ਹੋਣਗੇ, ਅਤੇ ਲਾਈਵ ਚੱਲੇਗਾ 1-2-3 ਲਾਈਵਾਂ ਦੇ ਜ਼ਰੀਏ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਹੋਣਗੇ ਪੱਕਾ ਸ਼ਹੀਦਾ ਸਰਸਾ ਦੇ ਵਿੱਚ। ਇੱਥੇ ਅੱਜ 60 ਕਿਲੋ ਅਤੇ 75 ਕਿਲੋ ਦੇ ਮੈਚ ਹੋਣਗੇ। 75 ਕਿਲੋ ਵਿੱਚ 2 ਖਿਡਾਰੀ ਬਾਹਰੋਂ ਆ, 60 ਕਿਲੋ ਵਿੱਚ ਵੀ 2 ਖਿਡਾਰੀ ਬਾਹਰੋਂ ਆ। 75 ਦਾ ਪਹਿਲਾ ਇਨਾਮ 21,000 ਅਤੇ ਦੂਜਾ ਇਨਾਮ 15,000 ਰੁਪਏ ਆ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਹੋਣਗੇ ਥਰਾਜ ਹਰਿਆਣਾ ਸਰਸਾ ਦੇ ਵਿੱਚ। ਇੱਥੇ ਅੱਜ ਕਬੱਡੀ 60 ਕਿਲੋ 1 ਖਿਡਾਰੀ ਬਾਹਰੋਂ ਦੇ ਮੈਚ ਹੋਣਗੇ। ਪਹਿਲਾ ਇਨਾਮ 12,000, ਦੂਜਾ ਇਨਾਮ 8,000 ਆ, ਅਤੇ ਬੈਸਟਾਂ ਨੂੰ ਗੀਜਰ ਹੋਣਗੇ। ਅਤੇ ਕਬੱਡੀ 33 ਕਿਲੋ ਨਰੋਲ ਦੇ ਮੈਚ ਵੀ ਹੋਣਗੇ। 33 ਕਿਲੋ ਦਾ ਪਹਿਲਾ ਇਨਾਮ 6,000, ਦੂਜਾ ਇਨਾਮ 4,000, ਬੈਸਟਾਂ ਨੂੰ ਪਰਿਸਾਂ। ਲਾਈਵ ਚੱਲੇਗਾ ਕਬੱਡੀ 4K ਦੇ ਜ਼ਰੀਏ। ਇਸ ਤੋਂ ਅੱਗੇ ਪਿੰਡ ਢੋਟੀਆ ਜ਼ਿਲ੍ਹਾ ਤਰਨ ਤਾਰਨ ਵਿੱਚ ਵੀ ਕਬੱਡੀ ਦੇ ਮੈਚ ਹੋ ਰਹੇ ਆ। 4 ਆਲ ਓਪਨ ਦੀਆਂ ਕਲੱਬਾਂ ਦੇ ਮੈਚ ਅੱਜ ਇੱਥੇ ਕਰਵਾਏ ਜਾਣਗੇ, ਅਤੇ ਲਾਈਵ ਚੱਲ ਸਕਦਾ punjablive1.com ਦੇ ਜ਼ਰੀਏ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਹੋਣਗੇ ਜਲਾਦੀ ਵਾਲਾ, ਅਤੇ ਇੱਥੇ ਅੱਜ ਕਬੱਡੀ 50 ਕਿਲੋ ਅਤੇ ਕਬੱਡੀ 62 ਕਿਲੋ ਦੇ ਮੈਚ ਕਰਵਾਏ ਜਾਣਗੇ। ਕਬੱਡੀ 50 ਕਿਲੋ ਦਾ ਪਹਿਲਾ ਇਨਾਮ 7100, ਦੂਜਾ ਇਨਾਮ 6,500 ਆ, ਅਤੇ 62 ਕਿਲੋ ਦਾ ਪਹਿਲਾ ਇਨਾਮ 9,900, ਦੂਜਾ ਇਨਾਮ 7100 ਰੁਪਏ ਆ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਹੋਣਗੇ ਪਿੰਡ ਖੰਡਿਆਲ ਸੰਗਰੂਰ ਦੇ ਵਿੱਚ, ਅਤੇ ਇੱਥੇ ਅੱਜ ਕਬੱਡੀ ਓਪਨ ਦੇ 75 ਕਿਲੋ ਦੇ ਮੈਚ ਹੋਣਗੇ। ਓਪਨ ਵਿੱਚ 3 ਖਿਡਾਰੀ ਬਾਹਰੋਂ ਖੇਡਣਗੇ। ਪਹਿਲਾ ਇਨਾਮ 1,00,000 ਆ, ਦੂਜਾ ਇਨਾਮ 71,000 ਆ, ਅਤੇ ਬੈਸਟ ਰੇਡਰ ਅਤੇ ਜਾਫੀ ਨੂੰ 21,000 ਰੁਪਏ ਹੋਣਗੇ। ਅਤੇ ਕਬੱਡੀ 75 ਕਿਲੋ ਦਾ ਪਹਿਲਾ ਇਨਾਮ 18,000, ਦੂਜਾ ਇਨਾਮ 13,000 ਆ, ਅਤੇ 2 ਖਿਡਾਰੀ ਇਸ 'ਚ ਬਾਹਰੋਂ ਖੇਡਣਗੇ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਕਰਵਾਏ ਜਾਣਗੇ, ਪਿੰਡ ਹੋਵੇਗਾ ਖਾਨਪੁਰ ਢੱਡਾ, ਅਤੇ ਇਹ ਜਲੰਧਰ ਦੇ ਵਿੱਚ ਪੈਂਦਾ ਹੈ। ਇੱਥੇ ਅੱਜ ਜਿਹੜੇ ਕਬੱਡੀ ਦੇ ਮੈਚ ਹੋਣਗੇ ਵਧੀਆ ਕਬੱਡੀ ਦੇ ਮੈਚ ਕਰਵਾਏ ਜਾਣਗੇ। ਪਹਿਲਾ ਇਨਾਮ 1,00,000 ਆ, ਦੂਜਾ ਇਨਾਮ 70,000 ਆ, ਅਤੇ ਇਹਦਾ ਲਾਈਵ ਤੁਸੀਂ ਦੇਖ ਸਕਦੇ ਹੋ punjablive1.com ਦੇ ਜ਼ਰੀਏ।
ਪੰਜਾਬ ਦੀਆਂ ਸੱਦੀਆਂ ਹੋਈਆਂ ਚੋਟੀ ਦੀਆਂ ਕਲੱਬਾਂ ਦੇ ਇੱਥੇ ਅੱਜ ਮੈਚ ਕਰਵਾਏ ਜਾਣਗੇ। ਤਾਂ ਇਹ ਸੀ ਦੋਸਤੋ ਅੱਜ ਹੋਣ ਵਾਲੇ ਵੱਖ ਵੱਖ ਜਗ੍ਹਾ 'ਤੇ ਕਬੱਡੀ ਦੇ ਮੈਚ।